ਸਸ਼ੀ ਗਾਲ ਜੀ ਫੋਰਐਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਹਦੇ ਨੂੰ ਸਵਾਗਤ ਕਰਦੇ ਆਂ ਮੈਂ ਜਸ਼ਨਪ੍ਰੀਤ ਸਿੰਘ ਤੇ ਅੱਜ ਅਸੀਂ ਗੱਲ ਕਰਾਂਗੇ ਫਿਲਮ ਜਹਾਨ ਕਿਲਾ ਬਾਰੇ ਜੀਹਾਂ ਇੱਕ ਅਜਿਹੀ ਫਿਲਮ ਜਿਹੜੀ ਪੁਲਿਸ ਟ੍ਰੇਨਿੰਗਸ ਦੇ ਉੱਤੇ ਬੇਸਡ ਹੈ ਇੱਕ ਵੱਖਰਾ ਜਿਹਾ ਕਨਸੈਪਟ ਲੈ ਕੇ ਆਉਂਦੀ ਸਾਹਮਣੇ ਆਉਂਦੀ ਹੈ 20 ਸਪਟੈਂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਫਿਲਮ ਦੇ ਮੇਨ ਲੀਡ ਦੇ ਵਿੱਚ ਸਾਨੂੰ ਜੋਵਨਪ੍ਰੀਤ ਸਿੰਘ ਅਤੇ ਗੁਰਬਾਣੀ ਗਿੱਲ ਸਾਨੂੰ ਨਜ਼ਰ ਆ ਰਹੇ ਨੇ ਅਤੇ ਫਿਲਮ ਦੇ ਵਿੱਚ ਸਾਰੇ ਚਿਹਰੇ ਕਿਤੇ ਨਾ ਕਿਤੇ ਤੁਹਾਨੂੰ ਨਵੇਂ ਜਿਹੜੇ ਨੇ ਦੇਖਣ ਨੂੰ ਮਿਲਣਗੇ ਸਾਰੇ ਫਰੈਸ਼ ਚਿਹਰੇ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣ ਵਾਲੇ ਨੇ ਅਤੇ ਫਿਲਮ ਦੇ ਵਿੱਚ ਨਵੇਂ ਚਿਹਰਿਆਂ ਦੇ ਨਾਲ-ਨਾਲ ਕਨਸੈਪਟ ਵੀ ਬਿਲਕੁਲ ਵੱਖਰਾ ਜਿਹਾ ਚੁਣਿਆ ਗਿਆ ਹੈ। ਦੇ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਕਿੰਨੀ ਟਫ ਹੁੰਦੀ ਹੈ ਤੇ ਜਦੋਂ ਪੁਲਿਸ ਆਫੀਸਰ ਬਣਨ ਤੋਂ ਪਹਿਲਾਂ ਉਹ ਟ੍ਰੇਨਿੰਗ ਲੈਂਦੇ ਨੇ ਤਾਂ ਉੱਥੇ ਦਾ ਮਾਹੌਲ ਕਿਦਾਂ ਦਾ ਹੁੰਦਾ ਹੈ, ਹੋਸਟਲ ਦਾ ਮਾਹੌਲ ਕਿਦਾਂ ਦਾ ਹੁੰਦਾ ਹੈ, ਉਹ ਟ੍ਰੇਨਿੰਗ ਦਾ ਜਿਹੜਾ ਦੌਰ ਹੁੰਦਾ ਹੈ ਉਹਨੂੰ 골ਡਨ ਪੀਰੀਅਡ ਕਿਉਂ ਕਿਹਾ ਜਾਂਦਾ ਹੈ ਅਤੇ ਕਿੰਨਾ ਮੁਸ਼ਕਲ ਹੁੰਦੀ ਹੈ ਉਹ ਟ੍ਰੇਨਿੰਗ ਜੀ ਤੋਂ ਬਾਅਦ ਉਹ ਇੱਕ ਪੁਲਿਸ ਯੂਨੀਫਾਰ ਪੁਲਿਸ ਨੂੰ ਦੇਖਣ ਦੀ ਜਿਹੜੀ ਨਜ਼ਰ ਹੈ ਉਹ ਚੇਂਜ ਹੁੰਦੀ ਨਜ਼ਰ ਆਏਗੀ ਤੁਹਾਡਾ ਜਿਹੜਾ opinion ਹੈ ਪੁਲਿਸ ਨੂੰ ਲੈ ਕੇ ਉਹ ਚੇਂਜ ਹੁੰਦਾ ਨਜ਼ਰ ਆਏਗਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੋ ਫਿਲਮ ਦਾ ਟ੍ਰੇਲਰ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਦੇ ਉੱਤੇ ਬੇਸਡ ਹੈ ਫਿਲਮ ਦੇ ਵਿੱਚ ਇੱਕ ਬਹੁਤ ਸੋਹਣੀ ਲਵ ਸਟੋਰੀ ਦਾ ਜਿਹੜਾ ਐਂਗਲ ਹੈ ਉਹ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਟ੍ਰੇਲਰ ਦੇ ਵਿੱਚ ਸਾਨੂੰ ਇੱਕ ਅਜੀਹੀ ਚੀਜ਼ ਵੀ ਦੇਖਣ ਨੂੰ ਮਿਲਦੀ ਹੈ ਜਿੱਥੇ ਸਾਨੂੰ ਸਾਡਾ ਮੇਨ ਲੀਡ ਐਕਟਰ ਜਿਹੜਾ ਹੈ ਉਹ ਇੱਕ ਆਈਪੀਐਸ ਅਫੀਸਰ ਬਣਨ ਦੀ ਜਿਹੜੀ ਉਹਦੀ ਚਾਹਤ ਹੈ ਉਹ ਵੀ ਨਜ਼ਰ ਆਉਂਦੀ ਹੈ ਸਾਨੂੰ ਟ੍ਰੇਲਰ ਦੇ ਵਿੱਚ ਸੋ ਕਿੰਨੀ ਜਦੋਜਹਿਦ ਹੁੰਦੀ ਹੈ ਇਸ ਫਿਲਮ ਦੇ ਵਿੱਚ ਕਿਦਾਂ ਉਹ ਇਸ ਚੀਜ਼ ਦੇ ਵਿੱਚ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ ਇਸ ਚੀਜ਼ ਦਾ ਸਸਪੈਂਸ ਖੋਲੇਗਾ ਫਿਲਮ ਦੇ ਵਿੱਚ ਫਿਲਮ ਦੇ ਪੋਸਟਰ ਅਤੇ ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕ ਲਾਈਨ ਜਿਹੜੀ ਦਰਸਾਈ ਗਈ ਹੈ ਜਿੱਥੇ ਲਿਖਿਆ ਗਿਆ ਹੈ ਦਾ ਫਸਟ ਰਿਸਪੌਂਡਰਸ ਉਹਨਾਂ ਬੰਦੇ ਜਾਂ ਉਹ ਲੋਕ ਜਿਹੜੇ ਘਟਨਾ ਦੇ ਉੱਤੇ ਜਾਂ ਕਿਸੇ ਵਾਰਦਾਤ ਦੇ ਉੱਤੇ ਸਭ ਤੋਂ ਪਹਿਲਾਂ ਪਹੁੰਚਦੇ ਆ ਪਰ ਸਾਡੇ ਸਮਾਜ ਦੀ ਸਭ ਤੋਂ ਦੁਖਦਾਨ ਵਾਲੀ ਇਹ ਗੱਲ ਹੈ ਕਿ ਉਹਨਾਂ ਨੂੰ ਹੀ ਸਭ ਤੋਂ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ ਉਹਨਾਂ ਦਾ ਹੀ ਸਭ ਤੋਂ ਜ਼ਿਆਦਾ ਮਜ਼ਾਕ ਬਣਾਇਆ ਜਾਂਦਾ ਹੈ ਅਤੇ ਉਹਨਾਂ ਦੇ ਉੱਤੇ ਹੀ ਸਭ ਤੋਂ ਜ਼ਿਆਦਾ ਤੰਗ ਕੱਸੇ ਜਾਂਦੇ ਨੇ ਸੋ ਇਹ ਫਿਲਮ ਕਿਤੇ ਨਾ ਕਿਤੇ ਉਹਨਾਂ ਸਾਰੇ ਮੁੱਦਿਆਂ ਨੂੰ ਅੱਗੇ ਰੱਖਦੀ ਨਜ਼ਰ ਆਏਗੀ ਸੋ ਉਮੀਦ ਕਰਦੇ ਹਾਂ ਕਿ ਇਹ ਫਿਲਮ ਦੇਖਣ ਤੋਂ ਬਾਅਦ ਲੋਕਾਂ ਦਾ ਇਹ ਪਰਸਪੈਕਟਿਵ ਜਿਹੜਾ ਹੈ ਉਹ ਚੇਂਜ ਹੁੰਦਾ ਨਜ਼ਰ ਆਏਗਾ ਤੇ ਅਸੀਂ ਪੁਲਿਸ ਵਾਲਿਆਂ ਦੀ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਆਮ ਲੋਕਾਂ ਦੀ ਸੇਫਟੀ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ ਤੇ ਉਹਨਾਂ ਲਈ ਵੀ ਸਾਡੇ ਦਿਲ ਦੇ ਵਿੱਚ ਇੱਕ ਵਧੀਆ ਰਿਸਪੈਕਟ ਆਏਗੀ ਤੇ ਤੁਸੀਂ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਹੈ ਬਦਲਣ ਦੇ ਵਿੱਚ ਕਾਮਯਾਬ ਹੋਮੋਗੇ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆਏਗੀ ਤੇ ਫਿਲਮ ਕਿੱਦਾਂ ਦੀ ਹੋਣ ਵਾਲੀ ਹੈ ਸਾਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਪਤਾ ਲੱਗੇਗਾ ਤੁਸੀਂ ਇੱਕ ਵਾਰੀ ਫਿਲਮ ਜ਼ਰੂਰ ਜਾ ਕੇ ਦੇਖਿਓ ਫਿਲਮ 20 ਸਪਟੈਂਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਤੇ ਤੁਹਾਨੂੰ ਇਸ ਫਿਲਮ ਦਾ ਕਿੰਨਾ ਕਿੰਨਾ ਇੰਤਜ਼ਾਰ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਆਪਾਂ ਤੁਹਾਨੂੰ ਮਿਲਾਂਗੇ ਹੋਰ ਨਵੇਂ ਫਿਲਮ ਦੇ ਨਾਲ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਔਰ ਤੱਕ